ਪਟਿਆਲਾ ਦੇ ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ ਦੀ ਪਤਨੀ ਜਸਪ੍ਰੀਤ ਕੌਰ 15 ਤੋਂ 20 ਦਿਨ ਪਹਿਲਾਂ 22 ਸਾਲਾ ਆਸ਼ਿਕ ਮਾਨਵ ਦੇ ਨਾਲ ਘਰੋਂ ਭੱਜ ਗਈ ਸੀ, ਜਿਨ੍ਹਾਂ ਨੂੰ ਪੁਲਿਸ ਨੇ ਕੁਰੂਕਸ਼ੇਤਰ ਦੇ ਇੱਕ ਨਿੱਜੀ ਹੋਟਲ 'ਚੋਂ ਗ੍ਰਿਫਤਾਰ ਕੀਤਾ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕੋਤਵਾਲੀ ਥਾਣਾ ਪੁਲਿਸ ਇੰਚਾਰਜ ਰਾਹੁਲ ਕੌਸ਼ਲ ਨੇ ਦੱਸਿਆ ਕਿ ਜੋਗਿੰਦਰ ਸਿੰਘ ਯੋਗੀ ਦੁਆਰਾ ਕਿਹਾ ਗਿਆ ਸੀ ਕਿ ਉਸਦੀ ਪਤਨੀ ਘਰ 'ਚੋਂ 22 ਤੋਲੇ ਸੋਨਾ ਅਤੇ 1.5 ਲੱਖ ਰੁਪਏ ਕੈਸ਼ ਲੈ ਕੇ ਭੱਜ ਗਈ। ਫਿਲਹਾਲ ਉਹਨਾਂ ਵੱਲੋਂ ਦੋਨਾਂ ਨੂੰ ਗ੍ਰਿਫਤਾਰ ਕਰਕੇ ਕੋਰਟ 'ਚ ਪੇਸ਼ ਕੀਤਾ ਗਿਆ, ਲੇਕਿਨ ਅਜੇ ਤੱਕ ਦੋਨੋਂ ਪਾਸੋਂ ਕੋਈ ਵੀ ਰਿਕਵਰੀ ਨਹੀਂ ਹੋਈ। ਹਾਂਜੀ, ਸਾਨੂੰ ਨਾ ਕਿ ਯੋਗਿੰਦਰ ਸਿੰਘ ਜੀ ਵੱਲੋਂ ਸਾਡੇ ਕੋਲ ਕੰਪਲੇਂਟ ਆਈ ਸੀ, ਜਿਹਤੇ ਅਸੀਂ ਮੁਕੱਦਮਾ ਦਰਜ ਕਰਤਾ ਸੀ 222 ਨੰਬਰ 3/2000 ਵਿੱਚ। ਉਹ 'ਚ ਦੋ ਦੋਸ਼ੀ ਸੀਗੇ, ਇੱਕ ਸੀਗਾ ਆਪਣਾ ਜਸਪ੍ਰੀਤ ਕੌਰ ਅਤੇ ਇੱਕ ਸੀਗਾ ਮਾਨਵ ਸ਼ਰਮਾ। ਅਸੀਂ ਇਹ ਦੋਨਾਂ ਨੂੰ ਇਸ ਮੁਕੱਦਮੇ ਦੇ ਵਿੱਚ ਗ੍ਰਿਫਤਾਰ ਕਰ ਲਿਆ ਹੈ। ਇਹਨਾਂ ਨੂੰ ਅਸੀਂ ਕੁਰੂਕਸ਼ੇਤਰ ਤੋਂ ਅਸੀਂ ਗ੍ਰਿਫਤਾਰ ਕੀਤਾ। ਗ੍ਰਿਫਤਾਰ ਕਰਨ ਤੋਂ ਬਾਅਦ ਅਸੀਂ ਇਹਨਾਂ ਨੂੰ ਅੱਜ ਕੋਰਟ 'ਚ ਪੇਸ਼ ਕੀਤਾ ਅਤੇ ਨਾਲ ਪੁਲਿਸ ਸਮਾਨ ਲੈ ਕੇ ਅਸੀਂ ਫਰਦਰ ਇਨਵੈਸਟੀਗੇਸ਼ਨ ਕਰਾਇਆ। ਕਿੰਨਾ ਗੋਲਡ ਵਗੈਰਾ ਸਰ, ਕਿੰਨਾ ਵੈਲਿਊ ਵਗੈਰਾ? ਐਕਚੁਅਲੀ ਉਹਨੇ 22 ਤੋਲੇ ਸਮਾਨ ਵਗੈਰਾ ਲਿਖਾਇਆ ਸਾਡੇ ਕੋਲ, ਅਸੀਂ ਉਹਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਅਤੇ ਜਿਵੇਂ ਇਨਵੈਸਟੀਗੇਸ਼ਨ ਦੀ ਹੋਊ ਅਸੀਂ ਤੁਹਾਨੂੰ ਉਹਦੇ ਬਾਰੇ ਦੱਸਦੇ ਹਾਂ। ਸਰ, ਕਿੱਥੋਂ ਦੇ ਰਹਿਣ ਵਾਲੇ ਸੀ ਦੋਵੇਂ ਜਣੇ? ਇਹ ਕੁਰੂਕਸ਼ੇਤਰ ਤੋਂ ਰਹਿੰਦੇ ਨੇ। ਰਹਿਣ ਵਾਲੇ ਕਿੱਥੇ ਦੇ ਸੀਗੇ? ਰਹਿਣ ਵਾਲੇ ਇੱਥੇ ਪਟਿਆਲੇ ਦੇ ਰਹਿਣ ਵਾਲੇ ਨੇ ਜੀ। ਆਪਣਾ ਅਦਾਲਤ ਜਿਹੜੀ ਜਸਪ੍ਰੀਤ ਕੌਰ ਖਾਲਸਾ ਮੱਲ ਗਿਆ। ਸਰ, ਕੈਸ਼ ਵਗੈਰਾ ਵੀ 10,000 ਰੁਪਏ ਵੀ ਲੈ ਕੇ ਭੱਜੇ? ਅਸੀਂ ਉਹਨਾਂ ਦਾ ਰਿਮਾਂਡ ਲਿੱਤਾ ਸੀ, ਪੁਲਿਸ ਸਮਾਨ ਲੈ ਲਿਆ ਸੀ ਅਤੇ ਅਸੀਂ ਫਰਦਰ ਜਿੰਨੀ ਵੀ ਇਨਵੈਸਟੀਗੇਸ਼ਨ ਅਸੀਂ ਕਰਾਂਗੇ ਜਿਹੜੀ ਜੀ ਸਾਹਮਣੇ ਉਹਦੇ ਵਿੱਚ ਬਰੀਫ ਕਰਾਂਗੇ। 3 ਦਿਨ ਦਾ ਰਿਮਾਂਡ ਮਿਲਿਆ ਸਰ? ਹਾਂਜੀ ਸਰ, ਮੁਝ 3 ਦਿਨ ਦਾ ਰਿਮਾਂਡ ਮਿਲਿਆ। ਪਟਿਆਲਾ ਤੋਂ ਕਵਲਜੀਤ ਕੰਬੋਜ ਦੀ ਰਿਪੋਰਟ।